ਦਿਨ ਦਿਹਾੜੇ ਇੱਕ ਔਰਤ ਦੇ ਕੋਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਦੱਸ ਦਈਏ ਕਿ ਬਾਈਕ ਦੇ ਉੱਤੇ ਸਵਾਰ ਹੋ ਕੇ ਆਏ ਦੋ ਲੁਟੇਰਿਆਂ ਦੇ ਵੱਲੋਂ ਇਸ ਘਿਨੌਣੀ ਕਰਤੂਤ ਨੂੰ ਅੰਜਾਮ ਦਿੱਤਾ ਗਿਆ। ਦਰਅਸਲ ਔਰਤ ਦਾ ਪਹਿਲਾਂ ਤਾਂ ਦੂਰ ਤੱਕ ਪਿੱਛਾ ਕੀਤਾ ਜਾਂਦਾ ਅਤੇ ਫਿਰ ਸੁੰਨਸਾਨ ਜਗ੍ਹਾ ਦੇ ਉੱਤੇ ਜਾ ਕੇ ਉਸ ਔਰਤ ਦੇ ਨਾਲ ਲੁੱਟ ਖੋਹ ਕੀਤੀ ਗਈ ਹੈ। ਦੱਸ ਦਈਏ ਕਿ ਔਰਤ ਸਕੂਟੀ ਦੇ ਉੱਤੇ ਸਵਾਰ ਸੀ ਅਤੇ ਜਦੋਂ ਇਹ ਲੁੱਟ ਖੋਹ ਕੀਤੀ ਗਈ ਤਾਂ ਔਰਤ ਵੀ ਸਕੂਟੀ ਤੋਂ ਹੇਠਾਂ ਡਿੱਗ ਗਈ, ਜਿਸ ਦੇ ਕਾਰਨ ਉਸਦੇ ਵੀ ਗੰਭੀਰ ਸੱਟਾਂ ਲੱਗੀਆਂ ਨੇ। ਤਾਂ ਦੱਸ ਦਈਏ ਕਿ ਜਾਣਕਾਰੀ ਅਨੁਸਾਰ ਇਹ ਔਰਤ ਆਪਣੇ ਬੱਚੇ ਨੂੰ ਕਿਤੇ ਛੱਡ ਕੇ ਆ ਰਹੀ ਸੀ ਤਾਂ ਅਚਾਨਕ ਇਸ ਦੇ ਪਿੱਛੇ ਦੋ ਲੁਟੇਰੇ ਲੱਗ ਜਾਂਦੇ ਨੇ। ਹਾਲਾਂਕਿ ਇੱਕ ਸੁੰਨਸਾਨ ਥਾਂ ਦੇ ਉੱਤੇ ਜਾ ਕੇ ਲੁਟੇਰਿਆਂ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਉਹਨਾਂ ਦੀ ਸਕੂਟੀ ਦੀ ਨੰਬਰ ਪਲੇਟ ਡਿੱਗ ਗਈ, ਪਰ ਔਰਤ ਜਿਵੇਂ ਹੀ ਨੰਬਰ ਪਲੇਟ ਦੇਖਣ ਲੱਗਦੀ ਹੈ ਤਾਂ ਲੁਟੇਰੇ ਜੋ ਨੇ ਉਸਦੇ ਹੱਥ ਦੇ ਵਿੱਚ ਫੜਿਆ ਹੋਇਆ ਪਰਸ ਖੋਹਣ ਦੀ ਕੋਸ਼ਿਸ਼ ਕਰਦੇ ਨੇ। ਤਾਂ ਔਰਤ ਦੇ ਵੱਲੋਂ ਸ਼ੋਰ ਮਚਾਇਆ ਜਾਂਦਾ ਹੈ, ਜਿਸ ਤੋਂ ਬਾਅਦ ਉਸਦੇ ਨਾਲ ਖਿੱਚ ਧੂ ਕਰਕੇ ਉਸਦਾ ਪਰਸ ਖੋਹ ਕੇ ਲੁਟੇਰੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਤਾਂ ਘਟਨਾ ਗੁਰਦਾਸਪੁਰ ਤੋਂ ਸਾਹਮਣੇ ਆਈ ਹੈ, ਜਿੱਥੇ ਕਿ ਆਏ ਦਿਨ ਲੁੱਟ ਦੀਆਂ ਵਾਰਦਾਤਾਂ ਹੋ ਰਹੀਆਂ ਨੇ ਅਤੇ ਹੁਣ ਦਿਨ ਦਿਹਾੜੇ ਬੇਖੌਫ ਹੋ ਕੇ ਲੁਟੇਰਿਆਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਹਾਲਾਂਕਿ ਜਦੋਂ ਔਰਤ ਦਾ ਪਿੱਛਾ ਕੀਤਾ ਗਿਆ ਤਾਂ ਉਸਦੀ ਇਹ CCTV ਵੀ ਸਾਹਮਣੇ ਆਈ ਹੈ, ਜਿਸ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਔਰਤ ਜੋ ਹੈ ਸਕੂਟੀ ਦੇ ਉੱਤੇ ਸਵਾਰ ਹੋ ਕੇ ਅੱਗੇ ਅੱਗੇ ਜਾ ਰਹੀ ਹੈ ਅਤੇ ਇੱਕ ਬਾਈਕ ਦੇ ਉੱਤੇ ਸਵਾਰ ਹੋ ਕੇ ਦੋਵੇਂ ਹੀ ਇਹ ਮੁੰਡੇ ਪਿੱਛੇ ਪਿੱਛੇ ਉਸਦੇ ਲੱਗੇ ਹੋਏ ਨੇ। ਤਾਂ ਮੌਕਾ ਮਿਲਦੇ ਸਾਰ ਹੀ ਇਹਨਾਂ ਦੇ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਲੁਟੇਰਿਆਂ ਦੇ ਹੌਸਲੇ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਜੋ ਲੁਟੇਰੇ ਸੀ ਉਹਨਾਂ ਨੇ ਆਪਣਾ ਮੂੰਹ ਵੀ ਨਹੀਂ ਸੀ ਢੱਕਿਆ ਹੋਇਆ, ਬੇਖੌਫ ਹੋ ਕੇ ਉਹਨਾਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਹਾਲਾਂਕਿ ਮੌਕੇ ਦੇ ਉੱਤੇ ਕੁਝ ਲੋਕਾਂ ਦਾ ਕਹਿਣਾ ਕਿ ਇੱਥੇ ਆਏ ਦਿਨ ਲੁੱਟ ਦੀਆਂ ਵਾਰਦਾਤਾਂ ਵੱਧ ਰਹੀਆਂ ਨੇ, ਪਰ ਪੁਲਿਸ ਦੇ ਵੱਲੋਂ ਹਾਲੇ ਤੱਕ ਕਿਸੇ ਵੀ ਲੁਟੇਰੇ ਨੂੰ ਕਾਬੂ ਨਹੀਂ ਕੀਤਾ ਗਿਆ, ਜਿਸ ਦੇ ਕਾਰਨ ਇੱਕ ਵਾਰ ਫਿਰ ਤੋਂ ਇਸ ਔਰਤ ਦੇ ਕੋਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਦੱਸ ਦਈਏ ਕਿ ਔਰਤ ਦੇ ਪਰਸ ਦੇ ਵਿੱਚ 2000 ਰੁਪਏ ਸੀ ਅਤੇ ਨਾਲ ਹੀ ਮੋਬਾਈਲ ਫੋਨ ਖੋਹ ਕੇ ਲੁਟੇਰੇ ਫਰਾਰ ਹੋ ਗਏ ਨੇ। ਸਰ, ਮੈਂ ਆਪਣੇ ਬੇਟੇ ਨੂੰ ਛੱਡ ਕੇ ਮੰਡੀ ਸਟੈਂਡ ਮੇਰੀ ਨੰਦ ਰਹਿੰਦੀ ਹੈ, ਉੱਥੇ ਛੱਡ ਕੇ ਅਤੇ ਮੈਂ ਵਾਪਸ ਕੋਈ 3:30-4 ਦੇ ਕਰੀਬ ਆਉਂਦੀ ਪਈ ਹਾਂ ਵਾਪਸ। ਉਹ ਗ੍ਰੇਟਰ ਕਲਾਸ ਦਾ ਜਿਹੜਾ ਗੇਟ ਹੈ ਫਤਲਵਾਈ ਦੀ ਬੈਕ ਸਾਈਡ, ਸਰ ਉੱਥੇ ਨਾ ਦੋ ਮੁੰਡੇ ਬਾਈਕ 'ਤੇ ਆਉਂਦੇ ਪਏ ਸੀ, ਪਿੱਛੇ ਹੀ ਜਾਂਦੇ ਪਏ ਮੇਰੇ, ਅਤੇ ਉਹ ਕਹਿੰਦੇ ਮੈਡਮ ਤੁਹਾਡੀ ਨਾ ਸਕੂਟੀ ਦਾ ਨੰਬਰ ਪਲੇਟ ਡਿੱਗੀ ਹੈ। ਮੈਂ ਸਰ ਜਿੱਦਾਂ ਥੋੜ੍ਹਾ ਕੁ ਟਰਨ ਸਲੋ ਕਰਕੇ ਟਰਨ ਕੀਤਾ ਸਰ, ਮੇਰੇ ਨਾਲ ਉਹ ਮੇਰਾ ਪਰਸ ਖਿੱਚਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ। ਪਰਸ ਨੂੰ ਮੈਂ ਕਾਫੀ ਦੇਰ ਹੋਲਡਿੰਗ ਕਰਕੇ ਰੱਖਿਆ, ਚੀਕਾਂ ਮਾਰੀਆਂ, ਲੇਕਿਨ ਉਸ ਟਾਈਮ ਕੋਈ ਹੈ ਨਹੀਂ ਸੀ ਉੱਥੇ, ਔਰ ਬਸ ਖੋਹ ਕੇ ਲੈ ਗਏ ਸਰ। ਪਰਸ ਦੇ ਵਿੱਚ ਕਿਹੜਾ ਕਿਹੜਾ ਸਮਾਨ ਸੀ? ਪਰਸ ਵਿੱਚ ਸਰ ਪੈਸੇ ਮੇਰੇ ਕੋਲ 2000 ਦੇ ਕਰੀਬ ਹੈ, ਔਰ ਸਰ ਮੇਨ ਮੋਬਾਈਲ ਹੈ ਮੇਰਾ। ਅੱਛਾ, ਮੋਬਾਈਲ ਸਾਰੇ ਸਰ ਮੇਰੇ ਆਪਣੇ ਜ਼ਰੂਰੀ ਗਈ, ਪਰਸਨਲ ਡਿਟੇਲਸ ਗਈ, ਆਪਣੇ ਬੈਂਕ ਡਿਟੇਲਸ ਵਗੈਰਾ ਸਭ ਕੁਛ। ਕਾਤੀ ਆਏ ਦੇ ਸੀ ਉਹ ਕਿੰਨੇ ਜਣੇ ਸੀ? ਉਹ 2 ਜਣੇ ਸੀ, ਮੋਨੇ ਸੀਗੇ ਮੋਟਰਸਾਈਕਲ ਤੇ ਸੀਗੇ, ਔਰ ਮੈਂ ਆਪਣੀ ਸਕੂਟੀ ਤੇ ਸੀਗੇ। ਮੂੰਹ ਬੰਨੇ ਸੀ ਉਹਨਾਂ ਨੇ? ਨਹੀਂ ਨਹੀਂ, ਮੂੰਹ ਨਹੀਂ ਬੰਨੇ ਸੀ। ਪਤਾ ਮੋਟਰਸਾਈਕਲ ਦੇਖੇ ਕਿਹੜਾ ਸੀ? ਮੋਟਰਸਾਈਕਲ ਮੇਰੇ ਖਿਆਲ ਸਪਲੈਂਡਰ ਸੀ, ਸ਼ਾਇਦ ਬਲੈਕ ਕਲਰ ਦਾ ਸੀਗਾ। ਹਾਂ, ਕਿਹੜਾ ਸੀ ਐਸਾ ਯਾਦ ਨਹੀਂ ਮੈਨੂੰ, ਲੇਕਿਨ ਇੰਨਾ ਹੈ ਕਿ ਸਾਡੇ ਉਸ ਪਾਸੇ ਨਾ ਕਾਫੀ 2-3 ਘਰਾਂ ਦੇ CCTV ਕੈਮਰੇ ਲੱਗੇ ਆ, ਮੇਨ ਫਤਿਹ ਭਾਈ ਦੇ ਵੀ ਲੱਗਾ, ਉਹਨਾਂ ਦੀ ਦੁਕਾਨ 'ਤੇ ਉਹਨਾਂ ਦੇ ਵੀ ਲੱਗਾ CCTV ਕੈਮਰਾ, ਬਾਕੀ 2 ਘਰ ਹੋਰ ਹੈ ਉਹਨਾਂ 'ਚ ਡੈਫੀਨੇਟਲੀ ਉਹਨਾਂ ਦੀ ਸਰ ਫੋਟੋ ਆਈ ਹੋਈ ਹੈ। ਕਦੀ ਪਹਿਲਾਂ ਵੀ ਤੁਹਾਨੂੰ ਕਦੀ ਉੱਥੇ ਆਉਂਦੀ ਜਾਂਦੀ ਸੀ? ਫਸਟ ਟਾਈਮ ਸਰ ਮੈਂ ਦੇਖਿਆ ਉਹਨਾਂ ਨੂੰ। ਕੋਈ ਰੇਕੀ ਰੁਕੀ ਕੀਤੀ ਤੁਹਾਡੀ ਉਹਨਾਂ ਨੇ? ਹਾਂਜੀ, ਰੇਕੀ ਮਤਲਬ ਤੁਹਾਨੂੰ ਉਹਨਾਂ ਨੇ ਦੇਖਿਆ ਕਿ ਇਹ ਇਕੱਲੇ ਆਉਂਦੇ ਵੀ? ਸਰ ਪਤਾ ਨਹੀਂ, ਕਿਉਂਕਿ ਮੇਰੇ ਪਿੱਛੇ ਆਉਂਦੇ ਪਏ ਸੀ ਉਹ ਪਹਿਲਾਂ। ਅੱਛਾ, ਪਿੱਛੇ ਹੀ ਆਉਂਦੇ, ਉਹਨਾਂ ਨੇ ਕਿਹਾ ਕਿ ਤੁਹਾਡਾ ਉਹ ਡਿੱਗ ਗਿਆ, ਨੰਬਰ ਪਲੇਟ ਡਿੱਗੀ ਹੈ, ਅਤੇ ਫਿਰ ਅੱਗੇ ਥੋੜ੍ਹੀ ਦੇਰ ਰੁਕੇ ਆ ਉਹ ਟਰਨ ਕਰਕੇ, ਮੈਂ ਜਦੋਂ ਜਿੱਦਾਂ ਟਰਨ ਕੀਤਾ ਉਹ ਟਰਨ ਕਰਕੇ ਫਟਾਫਟ ਆਏ ਅਤੇ ਮੇਰੇ ਕੋਲ ਸਰ ਖੋਹ ਲਿਆ। ਮੋਬਾਈਲ ਅਤੇ ਨਕਦੀ ਤਾਂ ਹੋਰ ਕੀ ਸੀ ਵਿੱਚ? ਪਰਸ ਨਹੀਂ, ਹੋਰ ਕੁਛ ਨਹੀਂ ਸਰ। ਕੋਈ ਜ਼ਰੂਰੀ ਕਾਰਨ ਨਹੀਂ, ਕੋਈ ਮੇਰੇ ਕੋਲ ਕੀ ਹੈਂਡ ਕੱਟ ਸੀਗਾ ਮੇਰਾ,
ਡੇਲੀ ਰੂਟੀਨ ਵਾਲਾ, ਕੋਈ ਜ਼ਰੂਰੀ ਕਾਗਜ਼ਾਤ ਨਹੀਂ ਸੀ ਇਹਦੇ ਵਿੱਚ। ਅੱਛਾ, ਕੋਈ ਕੰਪਲੇਂਟ ਦਰਜ ਕਰਾਈ ਹੈ? ਹਾਂਜੀ ਸਰ, ਮੈਂ ਆਰਟੀ ਕਰਵਾਈ ਹੈ ਕੰਪਲੇਂਟ ਦਰਜ। ਐਫਆਈਆਰ ਦਰਜ ਕਰਵਾਈ ਹੈ ਜੀ? ਹਾਂਜੀ ਸਰ, ਮੈਂ ਐਫਆਈਆਰ ਕਰਵਾਈ ਹੈ। ਅਤੇ ਸਰ, ਮੇਰੀ ਬਸ ਇਹ ਖਾਸ ਹੈ ਕਿ ਜਿਸ ਤਰ੍ਹਾਂ ਦਿਨ ਦਿਹਾੜੇ ਸਰ ਚੋਰੀ ਵੱਧਦੀ ਪਈ ਹੈ, ਕੋਈ ਵੀ ਸੇਫ ਨਹੀਂ ਹੈ, ਨਾ ਲੇਡੀਜ਼ ਕਿਤੇ ਆਉਣਾ ਜਾਣਾ, ਸਰ ਕਿਤੇ ਕੋਈ ਸਮਾਨ ਲੈਣ ਜਾਣਾ, ਕੋਈ ਕੰਮ ਹੁੰਦੇ ਆ ਸਰ, ਇੱਦਾਂ ਤਾਂ ਅਸੀਂ ਘਰੋਂ ਨਿਕਲ ਹੀ ਨਹੀਂ ਸਕਾਂਗੇ। ਸਾਡੀ ਸੇਫਟੀ ਸਰ ਬਹੁਤ ਦਾਓ 'ਤੇ ਲੱਗੀ ਹੋਈ, ਇੱਕ ਹਿਸਾਬ ਨਾਲ ਬੜਾ ਮੁਸ਼ਕਿਲ ਹੈ ਸਰ ਸਾਡੇ। ਤੁਹਾਨੂੰ ਝੱਟਾ ਮਾਰਿਆ ਤੂੰ ਡਿੱਗੇ ਦੀਦੀ? ਸਰ, ਮੈਂ ਸਕੂਟੀ ਸਮੇਤ ਡਿੱਗੀ ਹਾਂ, ਮੇਰੀਆਂ ਰੱਗਾਂ ਵੀ ਲੱਗੀਆਂ, ਪਿੰਡਾਂ ਲੱਗੀਆਂ ਮੇਰੀਆਂ। ਉਦੋਂ ਕੋਈ ਆਇਆ ਨਹੀਂ ਆਸ ਪਾਸ ਤੋਂ? ਸਰ ਹਾਂਜੀ ਆਏ ਨੇ, ਲੇਕਿਨ ਉਹ ਉਦੋਂ ਤੱਕ ਫਿਰ ਉਹ ਜਿਹੜੇ ਮੇਰੇ ਪਿੱਛੇ ਜਿਹੜੇ ਵਿਚਾਰੇ ਦੋ ਜਣੇ ਆਏ ਸੀ, ਇੱਕ ਹੋਰ ਸਰਦਾਰ ਭਾਜੀ ਸੀਗੇ ਕੋਈ, ਉਹ ਆਪਣੀ ਸਕੂਟੀ ਲੈ ਕੇ ਉਹਨਾਂ ਦੇ ਪਿੱਛੇ ਭੱਜੇ ਆ। ਮੈਂ ਕਿਹਾ ਤੁਸੀਂ ਮੇਰੇ ਲਾਗੇ ਨਹੀਂ ਰੁਕੋ, ਉਹਨਾਂ ਪਿੱਛੇ ਜਾਓ। ਉਹ ਗਏ ਨੇ ਬਾਈਪਾਸ ਤੱਕ, ਕਹਿੰਦੇ ਮੈਂ ਗਿਆ ਹੈ ਜੜਪਥ ਵਾਲੇ ਅੱਗੇ ਬਾਈਪਾਸ ਤੱਕ, ਕਹਿੰਦੇ ਉਸ ਤੋਂ ਅੱਗੇ ਕਹਿੰਦੇ ਕਾਫੀ ਸਪੀਡ 'ਚ ਨਿਕਲ ਗਏ ਆ, ਉਹ ਨਹੀਂ ਆਏ। ਅਤੇ ਸਰ ਮੇਰੀ ਇਹ ਦਰਖਾਸਤ ਹੈ ਕਿ ਪਲੀਜ਼ ਥੋੜ੍ਹਾ ਧਿਆਨ ਦਿੱਤਾ ਜਾਏ, ਕਿਉਂਕਿ ਬਹੁਤ ਹੁਣ ਬਹੁਤ ਜ਼ਿਆਦਾ ਮੂਡ ਖਰਾਬ ਹੋਇਆ ਕਰਦਾ ਸਾਡੇ ਗੁਰਦਾਸਪੁਰ ਵਿੱਚ, ਥੋੜ੍ਹਾ ਧਿਆਨ ਦਿੱਤਾ ਜਾਏ। ਅੱਜ ਮੇਰੇ ਨਾਲ ਹੈ ਕਿ ਸਰ ਹਾਲ ਸਰ ਹੋ ਸਕਦਾ ਹੈ ਕਿ ਤੁਹਾਨੂੰ ਮੈਂ ਦਰਖਾਸਤ ਕਰਨਾ ਚਾਹੁੰਦੀ ਹਾਂ ਕਿ ਦੇਖ ਲਓ, ਜਨਾਨੀਆਂ ਦੀ ਕੋਈ ਸੇਫਟੀ ਹੈ ਨਹੀਂ ਹੈ, ਅਤੇ ਸਰਕਾਰ ਅੱਗੇ ਮੰਗ ਹੈ, ਪੁਲਿਸ ਸਟੇਸ਼ਨ ਦੇ ਪੁਲਿਸ ਅਧਿਕਾਰੀਆਂ ਵੱਲੋਂ, ਉਹਨਾਂ ਨੂੰ ਵੀ ਸਾਡੇ ਵੱਲੋਂ ਇੱਧਰੋਂ ਮੰਗ ਹੈ ਕਿ ਪਲੀਜ਼ ਜਿਹੜਾ ਹੈਗਾ ਸਾਡੇ ਵੱਲ ਧਿਆਨ ਦਿੱਤਾ ਜਾਏ, ਕਿਉਂਕਿ ਘਰ 'ਚ ਜ਼ਰੂਰੀ ਨਹੀਂ ਕਿ ਹਸਬੈਂਡ ਨਾਲ ਹੀ ਰਹਿਣ, ਕਦੀ ਕਦੀ ਉਹਨਾਂ ਨੂੰ ਬਾਹਰ ਵੀ ਜਾਣਾ ਪੈਂਦਾ ਹੈ। ਜਨਾਨੀਆਂ ਜਿਹੜੀਆਂ ਘਰ 'ਚ ਇਕੱਲੀ ਹੁੰਦੀਆਂ, ਸੌ ਕੰਮ ਹੁੰਦੇ ਹੈ, ਬਾਹਰ ਅੰਦਰ ਜਾਣਾ ਪੈਂਦਾ, ਅਤੇ ਇਕੱਲੇ ਦਿਨ ਦਿਹਾੜੇ ਜਿਹੜਾ ਹੈ ਇਹ ਲੁੱਟ ਖੋਹ ਹੋ ਜਾਏ ਜਨਾਨੀ ਨਾਲ, ਤਾਂ ਬੜੀ ਮਾੜੀ ਗੱਲ ਹੈ। ਅਤੇ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਹਦੇ ਵੱਲ ਥੋੜ੍ਹਾ ਜਿਹਾ ਜ਼ੋਰ ਦਿੱਤਾ ਜਾਵੇ, ਅਤੇ ਸਾਡੀ ਜਿਹੜੀ ਮੰਗ ਹੈਗੀ ਹੈ ਕਿ ਚੋਰ ਜਿਹੜੇ ਵੱਧਦੇ ਪਏ ਹੈ, ਚੋਰੀ ਚਕਾਰੀ ਜਿਹੜੀ ਵੱਧਦੀ ਪਈ ਹੈ, ਇਹਨਾਂ 'ਤੇ ਨਖੇਧ ਪਾਈ ਜਾਵੇ। ਸਰ, ਮੈਡਮ ਨੇ ਰੌਲਾ ਪਾਇਆ ਸੀ ਕਿ ਚੋਰ ਚੋਰ, ਤੇ ਮੈਂ ਅੰਦਰੋਂ ਬਾਹਰ ਆਈ ਜਿੱਦਾਂ ਹੀ, ਤੇ ਇਹਨਾਂ ਸਕੂਟਰੀ ਵੀ ਇੱਥੇ ਡਿੱਗੀ ਹੋਈ ਸੀ, ਇਹਨਾਂ ਨੂੰ ਮੈਂ ਹੀ ਚੱਕਿਆ ਆ ਗਏ ਇੱਥੋਂ, ਤੇ ਉਹ ਭੱਜ ਚੁੱਕੇ ਸੀ ਉਦੋਂ ਤੱਕ। ਉਹ ਕਾਹਤੇ ਆਏ ਦੇ ਸੀ? ਉਹ ਮੋਟਰਸਾਈਕਲ ਤੇ ਸੀ ਦੋ ਜਣੇ ਸੀ। ਉਹ ਮੋਨੇ ਸੀ ਜਾਂ ਕੀ ਸੀ? ਸ਼ਾਇਦ ਮੋਨੇ ਸੀ। ਮੂੰਹ ਵੱਜਿਆ ਸੀ ਉਹਨਾਂ ਦਾ? ਨਹੀਂ, ਮੂੰਹ ਨਹੀਂ ਵੱਜਿਆ। ਭੱਜੇ ਕਿੱਧਰ ਨੂੰ ਆ? ਇੱਧਰੋਂ ਹੀ ਗਏ ਸਿੱਧੇ। ਇੱਧਰੋਂ ਫਿਰ ਇੱਧਰ ਨੂੰ ਭੱਜ ਗਏ? ਇੱਧਰੋਂ ਹੀ ਆਏ ਸੀ। ਹਾਂ, ਇਹ ਨਹੀਂ ਮੈਨੂੰ ਪਤਾ ਕਿੱਧਰੋਂ ਆਏ, ਪਰ ਗਏ ਇੱਧਰ ਨੂੰ ਹੀ ਹੈ ਸਿੱਧੇ। ਹਾਂਜੀ, ਪਰ ਜਿੱਦਾਂ ਇੱਥੇ ਮਹਿਲਾਵਾਂ ਸੇਫ ਨਹੀਂ ਹੈਗਾ, ਕੀ ਕਹਿਣਾ ਚਾਹੋਗੇ ਦਿਨੇ ਦਿਹਾੜੀ? ਬਿਲਕੁਲ, ਬਹੁਤ ਜ਼ਿਆਦਾ ਅਣਗਹਿਲੀ ਆ ਇੱਥੇ। ਗੌਰਮੈਂਟ ਨੂੰ ਚਾਹੀਦਾ ਕੋਈ ਇੱਥੇ ਕੈਮਰੇ ਵਗੈਰਾ ਲੱਗੇ ਹੋਣ ਤਾਂ ਕਿ ਸੇਫ ਹੋਏ ਕੋਈ। ਬਾਕੀ ਕੋਈ ਇੱਥੇ ਕੋਈ ਨਾਕਾ ਨਹੀਂ, ਕੋਈ ਪੁਲਿਸ ਨਹੀਂ ਆਉਂਦੀ ਇੱਥੇ, ਕੋਈ ਕੁਛ ਨਹੀਂ ਹੈ। ਥੋੜ੍ਹੇ ਬਹੁਤੇ ਹੋਣੀ ਚਾਹੀਦੀ ਹੈ, ਸਿਕਿਉਰਿਟੀ ਹੋਣੀ ਚਾਹੀਦੀ ਹੈ ਰੋਡ 'ਤੇ। ਬਿਲਕੁਲ ਖਾਲੀ ਰੋਡ ਸੀ ਇੱਥੇ, ਕੋਈ ਨਹੀਂ ਹੈਗਾ ਉਸ ਟਾਈਮ। ਤੁਸੀਂ ਵੀ ਅੰਦਰ ਮਹਿਲਾਵਾਂ ਇਕੱਲੀ ਕੰਮ ਕਰਦੇ ਪਏ ਸੀ? ਬਿਲਕੁਲ, ਮੈਂ ਇਕੱਲੀ। ਤੇ ਸ਼ਰੇ ਆਮ ਜਿੱਦਾਂ ਇਹ ਪੈ ਗਈ ਹੈ ਤੇ ਤੁਹਾਨੂੰ ਵੀ ਨੁਕਸਾਨ ਕਰ ਸਕਦੀ? ਬਿਲਕੁਲ ਹੋ ਸਕਦਾ ਨੁਕਸਾਨ, ਮੇਰੀ ਦੁਕਾਨ 'ਤੇ ਵੀ ਹੋ ਸਕਦਾ, ਕੁਛ ਵੀ ਹੋ ਸਕਦਾ। ਕੀ ਗੱਲ ਹੋਈ ਤੁਹਾਡੇ ਨਾਲ? ਸਰ, ਮੈਂ ਲੈਪਟੋਪ ਲੈ ਕੇ ਆਉਂਦੇ ਸੀ, ਕੰਮ ਲਾ ਕੇ ਆਇਆ। ਹਾਂ, ਤੇ ਰਾਤ ਨੂੰ ਕੋਈ 12 ਵਜੇ ਦਾ ਟਾਈਮ ਹੈ, ਇੱਥੋਂ ਮੇਰੇ ਕੋਲ ਫੋਨ ਕੋਲ ਕਰਿਆ ਸੀ। ਕਿਹੜਾ ਰੋਡ ਹੈ? ਹਾਂਜੀ, ਕਿਹੜਾ ਰੋਡ ਹੈ? ਸਰ, ਇਹ ਗਾਲੜੀ ਰੋਡ ਹੈ। ਨਹੀਂ, ਇਹ ਕਿਹੜਾ ਮਹੱਲਾ ਹੈ? ਗਵਰਨਮੈਂਟ ਰੋਡ। ਗਵਰਨਮੈਂਟ ਰੋਡ, ਗਵਰਨਮੈਂਟ ਵਾਲੇ ਰੋਡ। ਹਾਂਜੀ, ਇਸੇ ਗਲੀ 'ਚੋਂ ਖੜਿਆ? ਨਹੀਂ ਨਹੀਂ, ਮੇਰਾ ਉਹ ਮੋੜ ਤੋਂ ਚੁਕਾਇਆ ਸੀ। ਕਿੰਨਾ ਕੁ ਮਹਿੰਗਾ ਮੋਬਾਈਲ ਹੀ ਉਹ? ਭਾਈ, 30,000 ਦਾ ਨਵਾਂ ਮੋਬਾਈਲ ਨਿਊ ਲਿਆ ਸੀ ਭਾਈ ਜੀ, ਵੀਵੋ ਦਾ B23 ਜੀ। ਤਾਂ ਅੱਜ ਫਿਰ ਦੋ ਲੇਡੀਜ਼ ਦਾ ਹੋਇਆ? ਹਾਂਜੀ, ਉਸ ਦੇ ਆਪਾਂ ਪਿੱਛੇ ਖੜੇ ਸੀ ਉੱਤੇ। ਉਹ ਜਦੋਂ ਹੋਇਆ? ਹਾਂਜੀ, ਉਹ ਮੁੰਡੇ ਕਾਹਤੇ ਸੀ? ਸਪਲੈਂਡਰ 'ਤੇ ਸੀ ਭਾਈ। ਸਪਲੈਂਡਰ 'ਤੇ? ਹਾਂਜੀ। ਮਤਲਬ ਰੋਜ਼ਾਨਾ ਉਹ ਉੱਥੇ ਲੁੱਟਾਂ ਖੋਹਣ ਅੰਜਾਮ ਦੇ ਰਹੇ ਆ? ਜਾਣੀ ਕਿ ਮੇਰਾ ਹੋਇਆ 6 ਤਰੀਕ ਨੂੰ, ਆਹ ਮਹੀਨੇ ਦੀ। ਹਾਂ, ਮੈਂ ਚੱਲ ਗਿਆ ਲੁਧਿਆਣੇ। ਅਤੇ ਅੱਜ ਇਹਨਾਂ ਦਾ ਹੋਇਆ? ਹਾਂਜੀ। ਸਪਲੈਂਡਰ ਕਿਹੜੇ ਰੰਗ ਦਾ ਸੀ? ਬਲੈਕ ਅਤੇ ਸਿਲਵਰ ਆ। ਅੱਛਾ, ਨਿਊ ਮਾਡਲ ਹੀ ਆਉਣਾ ਕੋਈ ਵੀ। ਉਦਣ ਮੈਂ ਇੱਥੇ ਖੜੁੱਤਾ ਨਾ, ਫੋਨ ਕਰਦਾ ਪਿਆ ਸੀ, ਕਿਸੇ ਨੂੰ ਫੋਨ ਲਗਾਇਆ ਸੀ ਕੰਨ ਪੈਸੇ ਵੱਲੋਂ, ਉਹਨਾਂ ਜਗਦਾ ਮੋਬਾਈਲ ਖੋਲਿਆ ਮੇਰਾ ਵੀ। ਡਰਾਇਆ ਸਰ, ਅਸੀਂ ਸ਼ੋਅ ਕਰੋ ਲੈਪਟੋਪ ਨਹੀਂ ਆਉਣਾ, ਉਹਨੂੰ ਪਤਾ ਚੱਲਿਆ ਲੈਪਟੋਪ ਮੇਰੇ ਕੋਲ।